ਪੰਜਾਬ ਸਿਵਲ ਸਕੱਤਰੇਤ ਇੰਪਲੋਈਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਉੱਤੇ ਵੱਡੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਹੈ ਉਸ ਮੁਤਾਬਕ ਮੁਲਾਜ਼ਮਾਂ ਦੀਆਂ ਤਨਖਾਹਾਂ ਦੁੱਗਣੀਆਂ ਕੀਤੇ ਜਾਣ ਦਾ ਹਵਾਲਾ ਦਿੱਤਾ ਗਿਆ ਹੈ, ਜਦਕਿ ਉਸੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਤਨਖਾਹਾਂ ਵਿੱਚ 20% ਵਾਧਾ ਹੋਵੇਗਾ। ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਨੂੰ ਪੇ ਕਮਿਸ਼ਨ ਬਾਰੇ ਸਹੀ ਤੱਥ ਉਜਾਗਰ ਕਰਨੇ ਚਾਹੀਦੇ ਹਨ। ਦੇਖੋ ਜੀ, ਇਸ ਚੀਜ਼ ਦੇ ਵਿੱਚ ਸਾਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ, ਕਿਉਂਕਿ ਜਿਹੜੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹ ਬੜਾ ਕੰਟਰਾਡਿਕਟਰੀ ਆ। ਉਹਦੇ ਵਿੱਚ ਇੱਕ ਸਾਈਡ 'ਤੇ ਕਿਹਾ ਕਿ 2.5 ਗੁਣਾ ਤਨਖਾਹ ਵੱਧ ਜਾਏਗੀ, ਦੂਸਰੀ ਸਾਈਡ 'ਤੇ ਕਿਹਾ ਜਾ ਰਿਹਾ ਕਿ ਤਨਖਾਹ ਜਿਹੜੀ ਉਹ 20% ਵਧੇਗੀ। ਔਰ ਇਹ ਫਿਫਥ ਪੇ ਕਮਿਸ਼ਨ ਦੇ ਜਿਹੜੇ ਕੰਪੇਅਰ ਕੀਤਾ ਉਹਨਾਂ ਨੇ, ਸੋ ਜੇ ਫਿਫਥ ਪੇ ਕਮਿਸ਼ਨ ਦੇ ਹਿਸਾਬ ਨਾਲ ਹੀ ਤਨਖਾਹ ਨੂੰ ਵਾਧਾ ਕਰਨਾ ਤਾਂ ਫਿਰ ਮੇਰੇ ਹਿਸਾਬ ਨਾਲ ਤਨਖਾਹ ਦੇ ਵਿੱਚ ਕੋਈ ਵਾਧਾ ਨਹੀਂ ਹੋਣਾ, ਕਿਉਂਕਿ ਸਾਡਾ ਬੇਸ 2011 ਦੇ ਵਿੱਚ ਜਦੋਂ ਅਕਾਲੀ ਸਰਕਾਰ ਆਈ ਸੀਗੀ ਅਤੇ ਉਹਨਾਂ ਵੱਲੋਂ ਜੋ ਸਾਨੂੰ ਤਨਖਾਹਾਂ ਵਧਾ ਕੇ ਦਿੱਤੀਆਂ ਗਈਆਂ ਸੀ, ਜੇਕਰ ਉਹਨੂੰ ਬੇਸ ਮੰਨਿਆ ਜਾਵੇ ਤਾਂ ਤਾਂ ਤਨਖਾਹ ਦੇ ਵਿੱਚ ਵਾਧਾ ਮੰਨਿਆ ਜਾਏਗਾ, ਅਦਰਵਾਈਜ਼ ਜਿਹੜਾ ਹੈਗਾ ਉਹ ਧੋਖਾ ਹੀ ਆ, ਉਹਦੇ ਨਾਲ ਸਾਡੀ ਤਨਖਾਹ ਘਟਣ ਦੇ ਆਸਾਰ ਜ਼ਿਆਦਾ ਨੇ। ਬੇਸ ਕਿਹਨੂੰ ਮੰਨਿਆ ਜਾਏਗਾ, ਇਹ ਸਾਫ਼ ਕੀਤਾ ਗਿਆ ਜਾਂ ਫਿਰ ਨਹੀਂ? ਅਜੇ ਤਾਂ ਕੁਛ ਜਿਹੜਾ ਸਾਫ਼ ਨਹੀਂ ਹੋਇਆ, ਅਜੇ ਤਾਂ ਜਿਹੜਾ ਸਰਕਾਰ ਨੇ ਇੱਕ ਪ੍ਰੈਸ ਨੋਟ ਸੁੱਟ ਕੇ ਜਿਹੜਾ ਮੈਨੂੰ ਲੱਗਦਾ ਕਿ ਉਹ ਪਾਣੀ ਦੇ ਜਿਹੜੀ ਹੈਗੀ ਆ ਉਹ ਗਹਿਰਾਈ ਚੈੱਕ ਕੀਤੀ ਜਾ ਰਹੀ ਹੈ ਕਿ ਇੰਪਲਾਈਜ਼ ਕੀ ਰਿਐਕਟ ਕਰਦੇ ਨੇ। ਸੋ ਜਦੋਂ ਰਿਪੋਰਟ ਆਏਗੀ ਤਾਂ ਉਹਨੂੰ ਅਸੀਂ ਚੰਗੀ ਤਰ੍ਹਾਂ ਪੜ੍ਹਾਂਗੇ, ਪੜਤਾਲ ਕਰਾਂਗੇ ਤਾਂ ਸਾਹਮਣੇ ਆਏਗਾ ਕਿ ਐਕਚੁਅਲੀ ਵਿੱਚ ਪੋਜੀਸ਼ਨ ਕੀ ਹੈਗੀ ਆ। ਸੋ ਹੁਣ ਤਾਂ ਇੱਕ ਭੰਬਲ ਭੂਸਾ ਪਿਆ ਹੋਇਆ, ਉਹਦੇ ਵਿੱਚ ਕੁਛ ਵੀ ਨਹੀਂ ਕਿਹਾ ਜਾ ਸਕਦਾ। ਕਿਤੇ ਇਲੈਕਸ਼ਨ ਤੋਂ ਪਹਿਲਾਂ ਮੁਲਾਜ਼ਮ ਵਰਗ ਨੂੰ ਆਪਣੇ ਵਾਲੇ ਪਾਸੇ ਖਿੱਚਣ ਦੀ ਫਿਰਾਕ ਉਹਦੇ ਵਿੱਚ ਤਾਂ ਨਹੀਂ ਕਿਤੇ? ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਕੋਈ ਵੀ ਚੀਜ਼ ਜਿਹੜੀ ਅੱਜ ਕੱਲ੍ਹ ਹੋ ਰਹੀ ਸਮਾਜ ਦੇ ਉਸ ਸਿਆਸਤ ਤੋਂ ਪ੍ਰੇਰਿਤ ਹੁੰਦੀ ਆ। ਇਹ ਵੀ ਐਕਸ਼ਨ ਜਿਹੜਾ ਸਰਕਾਰ ਦਾ ਇਹ ਸਿਆਸਤ ਤੋਂ ਪ੍ਰੇਰਿਤ ਆ, ਕਿਉਂਕਿ 2022 ਦੇ ਫਰਵਰੀ ਤੱਕ ਜਿਹੜੀ ਹੈਗਾ ਲਾਸਟ ਟਾਈਮ ਇਲੈਕਸ਼ਨ ਦਾ, ਸੋ ਅਸੈਂਬਲੀ ਇਲੈਕਸ਼ਨ ਹੋਣੀ ਆ। ਮੁਲਾਜ਼ਮਾਂ ਦਾ ਜਿਹੜਾ ਵੋਟ ਬੈਂਕ 50 ਲੱਖ ਦੇ ਕਰੀਬ ਹੈਗਾ, ਉਹਨੂੰ ਅਟਰੈਕਟ ਕਰਨ ਲਈ ਉਹਦਾ ਵੋਟ ਜਿਹੜਾ ਆਪਣੇ ਆਪ ਨੂੰ ਪਵਾਉਣ ਦੇ ਲਈ ਇਹ ਐਕਸ਼ਨ ਕੀਤਾ ਗਿਆ। ਪਰ ਜਿਹੜਾ ਸਾਡਾ ਮੁਲਾਜ਼ਮ ਆ ਉਹ ਇਸ ਸਮੇਂ ਪੂਰੀ ਤਰ੍ਹਾਂ ਜਿਹੜਾ ਸਮਰੱਥ ਆ ਇਹ ਚੀਜ਼ ਸਮਝਣ 'ਚ ਕਿ ਸਾਨੂੰ ਜੇ ਕੁਛ ਨਹੀਂ ਦਿੱਤਾ ਤਾਂ ਅਸੀਂ ਜਿਹੜਾ ਇਹ ਤਖਤਾ ਪਲਟ ਦੇਵਾਂਗੇ। ਸੋ ਇਸ ਸਮੇਂ ਬੇਵਕੂਫ ਨਹੀਂ ਬਣਾਇਆ ਜਾ ਸਕਦਾ, ਸਿਆਸਤ 'ਤੇ ਆਧਾਰਿਤ ਜੋ ਵੀ ਕੰਮ ਹੋਏਗਾ ਉਹ ਇਸ ਸਮੇਂ ਸਰਕਾਰ ਨੂੰ ਮਹਿੰਗਾ ਪਏਗਾ। ਸੋ ਜਿਵੇਂ ਅਸੀਂ ਚਾਹੁੰਦੇ ਹਾਂ ਕਿ 2011 ਨੂੰ ਆਧਾਰ ਮੰਨ ਕੇ ਸਾਡੀ ਤਨਖਾਹ ਜਿਹੜੀ ਵਧਾਈ ਜਾਵੇ, ਇਹੀ ਸਾਡੀ ਮੰਗ ਆ, ਤਾਂ ਹੀ ਅਸੀਂ ਜਿਹੜੀ ਵੋਟ ਜਿਹੜੀ ਇਹਨਾਂ ਨੂੰ ਦੇਵਾਂਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।